ਆਪੇ ਸਾਹਿਬ ਜੀ ਮੈਂ ਥੋੜਾ ਆਪਣਾ ਸਿੱਧੂ ਮੂਸੇਵਾਲਾ ਤੁਸੀਂ ਦੇਖ ਰਹੇ ਹੋ ਪੰਜਾਬ 2000 ਤੇ ਆਪਣੀ ਫਿਲਮ ਆ ਰਹੀ ਹੈ ਮੂਸਾ ਜੱਟ 1 ਅਕਤੂਬਰ ਨੂੰ ਸਾਰੇ ਕਿਤੇ ਉਲਦੀ ਜ਼ੋਰੀ ਹੈਗੀ ਐਨ ਯੂਕੇ ਆ ਕੈਨੇਡਾ ਯੂ ਐਸ ਤੇ ਤੁਸੀਂ ਸਾਰੇ ਜਣੇ ਦੇਖਣ ਜਾਓ ਤੇ ਬਾਕੀ ਆਪਣੇ ਫਾਰਮਰਸ ਲਈ ਕੋਈ ਮੈਸੇਜ ਹੈ ਹੌਸਲੇ ਨਾਲ ਥੋੜੇ ਆਪਾਂ ਜੰਗ ਜ਼ਰੂਰ ਜਿੱਤਾਂਗੇ ਸ਼ੁਕਰੀਆ ਸਾਸਰੀ ਕਾਲ ਦੋਸਤੋ ਟੈਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀ ਇੰਡਸਟਰੀ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਸਿੱਧੂ ਮਸੇਵਾਲਾ ਨਾਲ ਜੁੜੀ ਵੱਡੀ ਅਪਡੇਟ ਦੀ ਮੂਸਾ ਜੱਟ ਮੂਵੀ ਤੇ ਬੈਨ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਸਿੱਧੂ ਮਸੇਵਾਲਾ ਦੀ ਇਹ ਮੂਵੀ ਇੰਡੀਆ ਵਿੱਚ ਰਿਲੀਜ਼ ਨਹੀਂ ਹੋ ਰਹੀ ਤੇ ਬਾਕੀ ਦੇਸ਼ਾਂ ਵਿੱਚ ਇਹ ਮੂਵੀ ਅੱਜ ਰਿਲੀਜ਼ ਹੋ ਚੁੱਕੀ ਹੈ ਤੇ ਇੰਡੀਆ ਵਿੱਚ ਰਿਲੀਜ਼ ਕਰਵਾਉਣ ਦੀਆਂ ਕੋਸ਼ਿਸ਼ਾਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਕਾਫੀ ਟਾਈਮ ਪਹਿਲਾਂ ਸਿੱਧੂ ਮਸੇਵਾਲਾ ਨਾਲ ਨਾਰਾਜ਼ ਹੋਏ ਉਸਤੇ ਕੈਨੇਡਾ ਵਾਲੇ ਦੋਸਤਾਂ ਦਾ ਵੀ ਹੁ ਦੱਸ ਦਈਏ ਕਿ ਸਿੱਧੂ ਮਸੇਵਾਲਾ ਕਨਵਰ ਗਰੇਵਾਲ ਸ਼ੁਭ ਸਿੰਧੂ ਤੇ ਹੋਰ ਵੀ ਕਈ ਯਾਰ ਪਹਿਲਾਂ ਕੈਨੇਡਾ ਵਿੱਚ ਇਕੱਠੇ ਹੀ ਰਹਿੰਦੇ ਸਨ ਤੇ ਸਿੱਧੂ ਮਸੇਵਾਲਾ ਨੇ ਵੀ ਕਈ ਗੀਤਾਂ ਤੇ ਲਾਈਵ ਸ਼ੋਅਜ਼ ਵਿੱਚ ਇਹਨਾਂ ਯਾਰਾਂ ਦੇ ਨਾਮ ਲੈ ਸੀ ਪਰ ਕੁਝ ਗੀਤਾਂ ਨੂੰ ਲੈ ਕੇ ਇਹਨਾਂ ਸਾਰਿਆਂ ਵਿੱਚ ਕੁਝ ਅਣਬਣ ਹੋ ਗਈ ਸੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਦੇ ਰਾਹ ਅਲੱਗ ਹੋ ਗਏ ਸਨ ਪਰ ਹੁਣ ਉਹਨਾਂ ਹੀ ਯਾਰਾਂ ਵਿੱਚੋਂ ਇੱਕ ਯਾਰ ਸ਼ੁਭ ਸਿੱਧੂ ਨੇ ਸਿੱਧੂ ਮਸੇਵਾਲਾ ਦੇ ਹੱਕ ਵਿੱਚ ਖੁੱਲ੍ਹ ਕੇ ਸਾਹਮਣੇ ਆਇਆ ਹੈ ਸ਼ੁਭ ਸਿੱਧੂ ਨੇ ਸਿੱਧੂ ਮਸੇਵਾਲਾ ਦੀ ਮੂਸਾ ਜੱਟ ਮੂਵੀ ਨੂੰ ਸਪੋਰਟ ਕਰਦੇ ਹੋਏ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਐਕਟਰ ਪਤਾ ਨਹੀਂ ਕਿਹੋ ਜਿਹੇ ਨੇ ਇਹ ਜਨਾਬ ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੂ ਪਰ ਮੂਵੀ ਬੈਨ ਕਰਨਾ ਕੋਈ ਸੋਲੂਸ਼ਨ ਨਹੀਂ ਹੁੰਦਾ ਸਾਡੀ ਸ਼ੂਟਰ ਫਿਲਮ ਵੀ ਜਦੋਂ ਬੈਨ ਹੋਈ ਸੀ ਤਾਂ ਬਹੁਤ ਦੁੱਖ ਲੱਗਿਆ ਸੀ ਕਈ ਲੋਕਾਂ ਨੇ ਮਜ਼ਾਕ ਵੀ ਬਣਾਇਆ ਸੀ ਸਾਡਾ ਪਰ ਇਹ ਤਾਂ ਕੋਈ ਗੈਂਗਸਟਰ ਦਾ ਵਿਸ਼ਾ ਹੀ ਨਹੀਂ ਜੀ ਬੈਨ ਹੋਣਾ ਇਸ ਦਾ ਮੇਰੀ ਸਮਝੋਂ ਬਾਹਰ ਆ ਸੈਂਸਰ ਬੋਰਡ ਆਫ ਇੰਡੀਆ ਨੂੰ ਰਿਕੁਐਸਟ ਹੈ ਕਿ ਇਹਨਾਂ ਦੀ ਫਿਲਮ ਪਾਸ ਕੀਤੀ ਜਾਵੇ ਪ੍ਰੋਡਿਊਸਰ ਦਾ ਬਹੁਤ ਨੁਕਸਾਨ ਹੋ ਜਾਂਦਾ ਹੈਲਪ ਕਰੋ ਮੁੰਡੇ ਦੀ ਪਹਿਲੀ ਫਿਲਮ ਹੈ ਇਹਨਾਂ ਡਾਇਰੈਕਟਰ ਦੀ ਟ੍ਰੂ ਮੇਕਰਸ ਦੀ ਸ਼ੂਟਰ ਵੀ ਬੈਨ ਕੀਤੀ ਗਈ ਸੀ ਸਾਨੂੰ ਕਿਸੇ ਨੇ ਸਪੋਰਟ ਨਹੀਂ ਕੀਤੀ ਸੀ ਉਦੋਂ ਮੈਂ ਇਹ ਦਰਦ ਮਹਿਸੂਸ ਕਰਦਾ ਹਾਂ ਵਾਹਿਗੁਰੂ ਮਿਹਰ ਕਰੇ ਇਹਨਾਂ ਦੀ ਸਾਰੀ ਟੀਮ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇੱਥੇ ਵੀ ਦੱਸਦੀ ਹੈ ਕਿ ਸ਼ੁਭ ਸਿੱਧੂ ਦੀ ਮੂਵੀ ਸ਼ੂਟਰ ਜੋ ਕਿ ਬੀਜੇ ਰੰਡਾਵਾ ਨਾਲ ਆਈ ਉਸ ਉੱਪਰ ਵੀ ਸੈਂਸਰ ਬੋਰਡ ਵੱਲੋਂ ਬੈਨ ਲਗਾ ਦਿੱਤਾ ਗਿਆ ਸੀ ਇਸ ਕਰਕੇ ਸ਼ੁਭ ਸਿੱਧੂ ਨਾਰਾਜ਼ ਹੁੰਦੇ ਹੋਏ ਵੀ ਸਿੱਧੂ ਮਸੇਵਾਲਾ ਦੀ ਸਪੋਰਟ ਵਿੱਚ ਆਇਆ ਤੇ ਫਿਲਮ ਪਾਸ ਕਰਨ ਦੀ ਸਿਫਾਰਿਸ਼ ਕੀਤੀ ਬਾਕੀ ਦੋਸਤੋ ਤੁਹਾਨੂੰ ਕਿੰਨੀ ਕੁ ਵੇਟ ਹੈ ਮੂਸਾ ਜੱਟ ਮੂਵੀ ਦੀ ਰਿਲੀਜ਼ ਹੋਣ ਦੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਿੱਧੂ ਮਸੇਵਾਲਾ ਦੀ ਹੋਰ ਅਪਡੇਟ ਲਈ ਚੈਨਲ ਟੈਸ਼ਨ ਪੰਜਾਬੀ ਲ